ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਫਿਰ ਧਰਨਾ ਦੇ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੀਐਮ ਦੇ ਭਰੋਸੇ ਦੇ ਬਾਵਜੂਦ ਵੀ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਹੈ। ਹਾਈਵੇ ਤੇ ਫਿਰ ਕਿਸਾਨ ਬੈਠ ਗਏ ਨੇ। ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਉੱਥੇ ਹੀ ਜਲੰਧਰ ਨੈਸ਼ਨਲ ਹਾਈਵੇ ਤੇ ਹੁਣ ਕਿਸਾਨ ਜਥੇਬੰਦੀਆਂ ਬੈਠ ਗਈਆਂ ਨੇ, ਜਿਸ ਨਾਲ ਲੋਕਾਂ ਨੂੰ ਆਵਾਜਾਈ ਨੂੰ ਲੈ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਿਸਾਨ ਸੜਕ ਤੇ ਹੀ ਬੈਠ ਗਏ ਨੇ। ਉਹਨਾਂ ਦੇ ਵੱਲੋਂ ਧਰਨਾ ਦੇ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਜੋ ਆਵਾਜਾਈ ਹੈ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜੋ ਲੋਕ ਇੱਕ ਪਾਸੇ ਤੋਂ ਦੂਸਰੇ ਪਾਸੇ ਜਾ ਰਹੇ ਨੇ, ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜੋ ਸਾਹਮਣਾ ਉਹ ਕਰਨਾ ਪੈ ਰਿਹਾ। ਤੁਹਾਨੂੰ ਦੱਸ ਦਈਏ ਕਿ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਕਾਫੀ ਹਫ਼ਤਿਆਂ ਤੋਂ ਆਪਣੀ ਮੰਗਾਂ ਰੱਖ ਰਹੇ ਨੇ, ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਫਿਰ ਧਰਨੇ ਦਾ ਐਲਾਨ ਕਰ ਦਿੱਤਾ ਗਿਆ। ਔਰ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ ਅਤੇ ਇਸੇ ਕਰਕੇ ਅਸੀਂ ਧਰਨਾ ਦੇ ਦਿੱਤਾ। ਤਾਂ ਵੱਡੀ ਖਬਰ ਸਾਹਮਣੇ ਆਈ ਹੈ, ਜਲੰਧਰ 'ਚ ਨੈਸ਼ਨਲ ਹਾਈਵੇ 'ਤੇ ਕਿਸਾਨ ਬੈਠ ਗਏ ਨੇ, ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਗਈਆਂ ਨੇ, ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸੜਕ ਵਿਚਾਲੇ ਹੀ ਕਿਸਾਨਾਂ ਦੇ ਵੱਲੋਂ ਜੋ ਧਰਨਾ ਉਹ ਦਿੱਤਾ ਗਿਆ, ਜਿਸ ਨਾਲ ਆਵਾਜਾਈ ਹੈ ਜੋ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਾਲਾਂਕਿ ਸੀਐਮ ਦੇ ਭਰੋਸੇ ਦੇ ਬਾਵਜੂਦ ਵੀ ਕਿਸਾਨ ਹਾਈਵੇ 'ਤੇ ਬੈਠ ਕੇ ਨੇ, ਉਹਨਾਂ ਦੇ ਵੱਲੋਂ ਧਰਨਾ ਦੇ ਦਿੱਤਾ ਗਿਆ। ਕਹਿੰਦੇ ਕੌਮਾਂ ਜੀਣੀਆਂ ਸੜਕ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਬਿਪਤਾ ਹੱਥ ਤੇ ਕੌਮ ਜੋ ਜਰ ਜਾਂਦੀ। ਅੱਜ ਅਸੀਂ ਉਹ ਬਿਪਤਾ ਦੀ ਘੜੀ ਦੇ ਵਿੱਚ ਆ। ਕਹਿੰਦੇ ਉੱਤੋਂ ਵਾਢੀਆਂ ਦਾ ਟਾਈਮ ਖੜੀ ਬੂਹੇ ਅੱਗੇ ਕਾਰ ਨਾਲ ਵਿੱਚ ਬੈਂਕ ਵਾਲੇ ਨਾਲੇ ਵੱਡਾ ਥਾਣੇਦਾਰ। ਅੱਜ ਸਾਡੀਆਂ ਲਿਮਟਾਂ ਵੀ ਕਲੀਅਰ ਕਰਨ ਵਾਲੀਆਂ ਆ। ਅਸੀਂ ਖਾਦ ਲਿਆਉਣ ਲਈ ਪੈਸਾ ਸਾਡੇ ਕੋਲ ਨਹੀਂ ਗਾ, ਕਣਕ ਦੀ ਬਿਜਾਈ ਸਿਰ ਤੇ ਖੜੀ ਆ ਤੇ ਸਰਕਾਰ ਸਾਡਾ ਝੋਨਾ ਨਹੀਂ ਚੱਕ ਰਹੀ। ਉਸ ਕਰਕੇ ਅਸੀਂ ਇੱਥੇ ਆਏ ਸੜਕ ਤੇ। ਸਰਕਾਰ ਨੇ ਇੱਕ ਮਹੀਨੇ ਝੋਨੇ ਦੀ ਖਰੀਦ ਕਰਨੀ ਹੁੰਦੀ ਆ, ਉਦੋਂ ਬਾਅਦ ਫੋਕਲ ਪੁਆਇੰਟ ਵੀ ਬੰਦ ਕਰ ਦੇਣੇ ਹੁੰਦੇ ਆ ਤੇ ਵੱਡੀਆਂ ਮੰਡੀਆਂ ਵੀ ਚਲਾਉਣੀਆਂ ਹੁੰਦੀਆਂ। ਦਿਨ 22 ਦਿਨ ਬੀਤ ਗਏ ਆ ਤੇ ਦਿਨ 5-7 ਪੈਸੇ ਮਹੀਨੇ ਲੱਗਾ ਅਕਤੂਬਰ ਮਹੀਨੇ ਦੇ। ਉਸ ਤੋਂ ਬਾਅਦ ਛੋਟੀਆਂ ਮੰਡੀਆਂ ਬੰਦ ਕਰਕੇ ਉਹ ਲੁੱਟ ਛੁੱਟ ਨਹੀਂ ਕਰਨੀ ਸਰਕਾਰ ਨੇ ਵੱਡੀਆਂ ਮੰਡੀਆਂ ਦੇ ਵਿੱਚ ਜ਼ਿਮੀਂਦਾਰਾਂ ਦੇ ਵਿੱਚੇ ਸੈਲਰ ਵਾਲੇ ਰਲ ਜਾਂਦੇ ਆ, ਵਿੱਚੇ ਆੜ੍ਹਤੀਆਂ ਰਲ ਜਾਂਦਾ, ਵਿੱਚੇ ਹੀ ਸਰਕਾਰਾਂ ਰਲ ਕੇ ਇਹਨਾਂ ਦੇ ਨੁਮਾਇੰਦੇ ਰਲ ਕੇ ਤੇ ਆਪਣੇ ਇੰਸਪੈਕਟਰ ਰਲ ਕੇ ਕਿਸਾਨ ਨੂੰ ਲੁੱਟਦੇ ਨੇ। ਤੁਸੀਂ ਦੱਸੋ ਵੀ ਸਾਰਾ ਝੋਨਾ ਖੜਾ ਆ, 8 ਦਿਨਾਂ ਦੇ ਵਿੱਚ ਝੋਨਾ ਕਿੱਥੋਂ ਖਰੀਦ ਲਊਗੀ ਸਰਕਾਰ? ਅੱਜ ਅਸੀਂ ਦੁਖੀ ਹੋ ਕੇ ਸੜਕ ਤੇ ਆਏ ਹਾਂ, ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ, ਝੋਨੇ ਦੀ ਖਰੀਦ ਨਹੀਂ। ਮੀਟਿੰਗ ਵੀ ਹੋਈ ਸੀ ਬੀਤੇ ਦਿਨ, ਹੋਈ ਸੀਗੀ 2 ਦਿਨ ਦਾ ਸਮਾਂ ਲਿਆ ਸੀ ਸਰਕਾਰ ਨੇ, ਜਦੇ ਬੰਦੀਆਂ ਨੇ ਆਪ 4 ਦਿਨ ਲਗਾ, ਤੁਸੀਂ 4 ਦਿਨ ਲੈ ਲਓ, ਪਰ ਲੋਕਾਂ ਦਾ ਦਮ ਨਿਕਲ ਚੁੱਕਾ, ਲੋਕ ਨਹੀਂ ਰੋਕ ਸਕਦੇ ਘਰਾਂ 'ਚ, ਲੋਕਾਂ ਦੀ ਮਜਬੂਰੀ ਹੈ ਸੜਕਾਂ 'ਤੇ ਆਉਣਾ। ਦੇਖੋ ਕਿੱਦਾਂ 4 ਸਵੇਰੇ ਇਕੱਠ ਹੋ ਗਏ, ਉਹ ਕੀ ਕਰਨ, ਲੋਕ ਮਰ ਜਾਂ ਕਹਿੰਦੇ ਮਰਦੀ ਨੇ ਅੱਖ ਕੱਬਿਆ, ਕੀ ਕਰਨਗੇ ਜਾਂ ਸੜਕਾਂ 'ਤੇ ਆਉਣਗੇ ਜਾਂ ਲੋਕ ਆਪਣਾ ਉਦਾਂ ਫਾਹਾ ਲੈ ਕੇ ਰੱਸੇ ਦੇ ਨਾਲ ਸੂਸਾਈਡ ਕਰ ਜਾਣਗੇ। ਇਸ ਕਰਕੇ ਮਜਬੂਰੀ ਆ ਕਿਸਾਨਾਂ ਦੀ, ਕੱਲ੍ਹ ਦੀ ਦਿਹਾੜੀ ਨਿਕਲ ਗਈ, ਅੱਜ ਦੀ ਦਿਹਾੜੀ ਨਿਕਲ ਗਈ। ਦੱਸੇ ਤਾਂ ਕਿਸੇ ਮੰਡੀ ਦੇ ਵਿੱਚ ਸਰਕਾਰ ਕਿਤੇ ਭਗਵੰਤ ਮਾਨ ਦੀ ਸਰਕਾਰ ਨੇ ਟਰੱਕ ਐਕਟ ਨਹੀਂ ਝੋਨਾ ਕਿਤੇ ਚੱਕਿਆ, ਜੇ ਸਰਕਾਰ ਨੇ 2 ਦਿਨ ਦਾ ਸਮਾਂ ਲਿਆ ਸੀਗਾ ਤੇ ਸਰਕਾਰ ਤਾਂ ਕੱਲ੍ਹ ਮੰਡੀਆਂ ਖਾਲੀ ਕਰ ਦਿੰਦੀ, ਕੱਲ੍ਹੇ ਸੈਲਰ। ਅੱਜ ਤਾਂ ਮੈਂ ਸੈਲਰ ਮੇਰੇ ਨਾਲ ਚੱਲ ਜਾਓ, ਨਕੋਦਰ ਲਿੱਤਰਾਂ ਦੇ ਕੋਲ ਇੱਕ ਸੈਲਰ ਮਾਲਕ ਹੀ ਫੜਿਆ, ਉਸ ਸਾਈਡ ਜਿਸ ਬੰਦੇ ਨੇ ਜਾ ਕੇ ਉੱਥੇ ਚੱਲਦਾ ਆਪਰੇਸ਼ਨ। ਆ ਇੱਥੇ ਧਨੀ ਪਿੰਡ ਸਲਾੜੀ ਦੇ ਵਿਚਾਲੇ ਮਿੱਟੇ ਵਾਲਿਆਂ ਦਾ ਇੱਕ ਉਹਨਾਂ ਨੇ ਫੜਿਆ ਸੈਲਰ, ਬਾਹਰੋਂ ਲਿਆ ਲਿਆ 18-18 ਰੁਪਈਏ ਝੋਨਾ ਖਰੀਦ ਕੇ। ਸਰਕਾਰ ਤੇ ਸੈਲਰ ਮਾਰ ਕਰਾ ਚੁੱਕੇ ਨੇ, ਸੈਂਟਰ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਆ, ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਆ। ਇਸ ਕਰਕੇ ਮਜਬੂਰੀ ਆ, ਡੀਏਵੀ ਖਾਦ ਦੀ ਕਿਤੇ ਮੁੱਠ ਨਹੀਂ ਮਿਲ ਰਹੀ, ਡੀਏਵੀ ਖਾਦ ਕਿੰਨਾ ਆਇਆ, ਦੁਕਾਨਦਾਰ ਵੱਡੇ ਦੁਕਾਨਦਾਰ ਨੇ ਲਾ ਲਾ ਕੇ ਗੂਠੇ ਭਈਆਂ ਦੇ ਨਾਲ ਸਾਰੀਆਂ ਮਸ਼ੀਨਾਂ ਖਾਲੀ ਕਰਤੀਆਂ ਆ ਤੇ ਹੁਣ ਕਹਿ ਰਹੇ ਖਾਦ ਹੈ ਨੀਗਾ। ਤੇ ਮੈਂ ਇਹਦਾ ਇਹਦੀ ਕਰਾਵਾਂਗੇ ਇਨਵੈਸਟੀਗੇਸ਼ਨ, ਕਰਾਵਾਂਗੇ ਸਾਰੀ ਜਾਂਚ, ਕਰਾਵਾਂ ਵਿਜੀਲੈਂਸ ਜਾਂਚ ਕਰਾਵਾਂਗੇ ਵੀ ਦੱਸੋ ਜਿਹੜਾ ਬੰਦਾ ਖਾਦ ਲੈ ਕੇ ਗਿਆ ਉਹਦੇ ਕੋਲ ਜ਼ਮੀਨ ਕਿੰਨੀ ਆ, ਉਹਦੇ ਕੋਲ ਕਿੰਨੇ ਜ਼ਮੀਨ ਦੇ ਖਿੱਲੇ ਆ ਤੇ 50 ਵਰਿਆਂ ਨੂੰ ਖਾਦ ਦੇ ਦਿੱਤੇ ਆ। ਇਹ ਸਾਰੀ ਸਰਕਾਰ ਤੇ ਸਾਰੇ ਸਰਕਾਰ ਦਾ ਪ੍ਰਸ਼ਾਸਨ ਰਲ ਚੁੱਕਾ ਹੈ, ਦੁਖੀ ਹੋ ਕੇ ਸੜਕ ਤੇ ਆਏ ਭਰਾ ਜੀ। ਤੇ ਹੁਣ ਕਦ ਤੱਕ ਚੱਲੂਗੇ ਪ੍ਰੋਟੈਸਟ? ਦੇਖੋ ਇਹਦੇ ਬਾਰੇ ਕੋਈ ਹੱਦ ਨਹੀਂ ਜੀ, ਅਜੇ ਮਤਲਬ ਫਾਇਦਾ ਦਿਨ ਸਾਰੇ ਜਿੰਨਾ ਚਿਰ ਸਰਕਾਰ ਬੋਲਦੀ ਨਹੀਂ, ਗੂੰਗੀ ਬੋਲੀ ਸਰਕਾਰ, ਸਰਕਾਰ ਦਾ ਕੋਈ ਅਧਿਕਾਰੀ ਨਹੀਂ ਆਇਆ, ਕਿਸੇ ਨੇ ਆਣ ਕੇ ਕੋਈ ਵਿਸ਼ਵਾਸ ਨਹੀਂ ਦਵਾਇਆ ਵੀ ਭਾਈ ਤੁਸੀਂ ਉੱਠ ਖੜੋ ਅਸੀਂ ਹੁਣੇ ਗੱਡੀਆਂ ਮੰਡੀਆਂ 'ਚ ਭੇਜ ਦਿੰਦੇ ਹਾਂ। ਆਹ ਸਾਡੇ ਕਿਤੇ ਮੰਡੀ ਆ, ਢੰਡੌਰ ਮੰਡੀ ਆ, ਕਿਸੇ ਮੰਡੀ 'ਤੇ ਕਿਤੇ ਗੱਡੀ ਕਿਤੇ ਚੱਕ ਕੇ ਕਿਤੇ ਸਿਰ ਦਿੱਤੇ ਸਾਈਡ ਸੂਟ ਕਰੇ, ਉੱਥੇ ਮੈਂ ਕਹਿੰਦਾ 5 ਕਿਲੋ ਝੋਨਾ ਵੀ ਸਰਕਾਰ ਨਹੀਂ ਚੱਕ ਰਹੀ ਹਜੇ। ਆਹ ਹਾਲਾਤ ਮੰਡੀਆਂ ਦੇ ਨੇ, ਕੀ ਕਰੀਏ? ਠੀਕ।